ਕਿੱਦਾਂ ਕਾਰਵਾਈ? ਭਾਜੀ ਨਜ਼ਾਰਾ ਆ ਗਿਆ। ਮੈਂ ਫੇਰ ਕਹਿਣਾ ਕਿ 10 ਸਾਲ ਬਾਅਦ ਫੇਰ ਭਾਜੀ ਤੇ ਇਹ ਸੱਚਾਈ ਹੈ ਭਾਜੀ। ਮੈਂ ਨਹੀਂ ਕਹਿ ਰਿਹਾ ਸਾਰੇ। ਅੱਛਾ ਮੇਰੀ, ਮੈਂ ਇੱਕ ਗੱਲ ਹੋਰ ਦੱਸਦਾ। ਹੈ ਹਰੀ ਭਾਈ, ਜਦੋਂ ਮੈਂ ਭਿੰਦੇ ਰਿਹਾ ਗਾਣਾ ਕਰਦਾ ਨਾ, ਇਹਦਾ ਗਾਣਾ ਮੇਰਾ ਸਸਤੇ ਮਿਊਜ਼ਿਕ ਵੀਡੀਓ ਨਾਲ ਚੱਲ ਜਾਂਦਾ। ਜਦੋਂ ਪਹਿਲਾਂ ਇਹਦਾ ਪਹਿਲਾ ਗਾਣਾ, ਇਹਦੇ ਕੈਰੀਅਰ ਦਾ ਪਹਿਲਾ ਗਾਣਾ ਸੀਗਾ ਜਦੋਂ ਕਿਸੇ ਗੱਭਰੂ ਦਾ ਦਿਲ ਆ ਗਿਆ, ਆਪੇ ਪਤਾ ਲੱਗ ਜੂਗੀ। ਮੈਂ ਤੇ ਦਿਨੇਸ਼ ਬਾਈ ਸਪੀਡ ਰਿਕਾਰਡ ਤੇ ਅਸੀਂ ਅਮਰੀਕਾ ਗਏ ਯੁੱਧੀ ਨਾਲ, ਤੇ ਅਸੀਂ ਉੱਥੇ ਜਾ ਕੇ ਇੱਕ ਬੰਦਾ ਮਹਾਤੜ ਜਿਹਾ ਲੱਭਿਆ, ਵੀਡੀਓ ਡਾਇਰੈਕਟਰ। ਅਸੀਂ ਉਹਨੂੰ ਕਿਹਾ, ਅਸੀਂ ਕਿਹਾ ਵੀ ਯਾਰ ਗਾਣਾ ਸ਼ੂਟ ਕਰਨਾ ਵਾ, ਕਿ ਇੱਦਾਂ ਇੱਦਾਂ ਤੇਰੇ ਕੋਲ ਕੈਮਰਾ ਕੁਮਰਾ ਹੈਗਾ। ਉਹਦੇ ਕੋਲ ਕੈਮਰਾ ਕੁਮਰਾ ਸੀਗਾ। ਕਹਿੰਦਾ ਵੀ ਪਤਾ ਨਹੀਂ, ਅਸੀਂ ਦੇਖੀਏ ਵੀ ਪਤਾ ਨਹੀਂ ਕਿੰਨੇ ਪੈਸੇ ਮੰਗੂ। ਉਹਨੇ ਸਾਡੇ ਤੋਂ ਮੰਗਿਆ $200, ਹਨਾ। ਸਾਨੂੰ ਲੱਗੇ ਵੀ ਇਹ ਭੱਜ ਨਾ ਜਾਵੇ ਕਿਤੇ, ਉਹਨੂੰ ਲੱਗੇ ਅਸੀਂ ਨਾ ਭੱਜੀਏ। ਹਾਲ ਹੀ ਚ ਗਿੱਪੀ ਗਰੇਵਾਲ ਦੀ ਐਲਬਮ ਲਿਮਿਟਿਡ ਐਡੀਸ਼ਨ ਦਾ ਬੋਨਸ ਟਰੈਕ 2009 ਰੀਹੀਟਿਡ ਰਿਲੀਜ਼ ਹੋਇਆ, ਜਿਸ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ। ਇਸ ਗਾਣੇ ਦਾ ਮਿਊਜ਼ਿਕ ਕੀਤਾ ਪਿੰਦਾ ਔਜਲਾ ਨੇ। ਗਾਣੇ ਦੇ ਸਕਸੈਸ ਨੂੰ ਸੈਲੀਬ੍ਰੇਟ ਕਰਦੇ ਹੋਏ ਗਿੱਪੀ ਦੱਸ ਰਹੇ ਨੇ ਕਿਵੇਂ ਇਹ ਗਾਣਾ ਬਣਿਆ ਸੀ, ਔਰ ਨਾਲ ਹੀ ਇਹ ਵੀ ਦੱਸ ਰਹੇ ਨੇ ਕਿ ਯੁੱਧਵੀਰ ਮਾਨਕ ਦੇ ਨਾਲ ਗਾਇਆ ਗਾਣਾ ਗੱਭਰੂ ਕਿਵੇਂ ਬਣਿਆ ਸੀ। ਰੱਬ ਦੀ ਸੁੱਖ ਨਾਲ ਤੇਰਾ ਵੀ ਰੰਗ ਮੇਰੇ ਵਰਗੇ ਲੱਗਦਾ, ਤੂੰ ਜਮਾਂ ਹੀ ਨਹੀਂ ਦਿਖ ਰਿਹਾ। ਹੁਣ ਦੇਖਿਆ ਕਿੱਦਾਂ ਕਾਰਵਾਈ? ਅੱਛਾ ਮੇਰੀ, ਮੈਂ ਇੱਕ ਗੱਲ ਹੋਰ ਦੱਸਦਾ। ਹੈ ਹਰੀ ਬਾਈ, ਜਦੋਂ ਮੈਂ ਭਿੰਦੇ ਰਿਹਾ ਗਾਣਾ ਕਰਦਾ ਨਾ, ਇਹਦਾ ਗਾਣਾ ਮੇਰਾ ਸਸਤੇ ਮਿਊਜ਼ਿਕ ਵੀਡੀਓ ਨਾਲ ਚੱਲ ਜਾਂਦਾ। ਜਦੋਂ ਪਹਿਲਾਂ ਇਹਦਾ ਪਹਿਲਾ ਗਾਣਾ, ਇਹਦੇ ਕੈਰੀਅਰ ਦਾ ਪਹਿਲਾ ਗਾਣਾ ਸੀਗਾ ਜਦੋਂ ਕਿਸੇ ਗੱਭਰੂ ਦਾ ਦਿਲ ਆ ਗਿਆ, ਆਪੇ ਪਤਾ ਲੱਗ ਜੂਗੀ। ਮੈਂ ਤੇ ਦਿਨੇਸ਼ ਬਾਈ ਸਪੀਡ ਰਿਕਾਰਡ ਤੇ ਅਸੀਂ ਅਮਰੀਕਾ ਗਏ ਯੁੱਧੀ ਨਾਲ, ਤੇ ਅਸੀਂ ਉੱਥੇ ਜਾ ਕੇ ਇੱਕ ਬੰਦਾ ਮਹਾਤੜ ਜਿਹਾ ਲੱਭਿਆ, ਵੀਡੀਓ ਡਾਇਰੈਕਟਰ। ਅਸੀਂ ਉਹਨੂੰ ਕਿਹਾ, ਅਸੀਂ ਕਿਹਾ ਵੀ ਯਾਰ ਗਾਣਾ ਸ਼ੂਟ ਕਰਨਾ ਵਾ, ਕਿ ਇੱਦਾਂ ਇੱਦਾਂ ਤੇਰੇ ਕੋਲ ਕੈਮਰਾ ਕੁਮਰਾ ਹੈਗਾ। ਉਹਦੇ ਕੋਲ ਕੈਮਰਾ ਕੁਮਰਾ ਸੀਗਾ। ਕਹਿੰਦਾ ਵੀ ਪਤਾ ਨਹੀਂ, ਅਸੀਂ ਦੇਖੀਏ ਵੀ ਪਤਾ ਨਹੀਂ ਕਿੰਨੇ ਪੈਸੇ ਮੰਗੂ। ਉਹਨੇ ਸਾਡੇ ਤੋਂ ਮੰਗਿਆ $200, ਹਨਾ। ਸਾਨੂੰ ਲੱਗੇ ਵੀ ਇਹ ਭੱਜ ਨਾ ਜਾਵੇ ਕਿਤੇ, ਉਹਨੂੰ ਲੱਗੇ ਅਸੀਂ ਨਾ ਭੱਜੀਏ। ਤੇ ਬਾਈ ਉੱਥੋਂ ਵੀਡੀਓ ਸ਼ੂਟ ਕੀਤਾ, ਉਹ ਵੀਡੀਓ 'ਤੇ ਸਾਡਾ $200-300 ਲੱਗਿਆ ਸੀਗਾ, ਹਨਾ। ਜਦੋਂ ਕਿਸੇ ਗੱਭਰੂ ਦਾ ਦਿਲ ਆ ਗਿਆ, ਅਸੀਂ ਉਹ ਵੀ ਨੱਚੀ ਜਾਈਏ ਜਿੱਧਰ ਵੀ ਜੀ ਕਰਿਆ ਕਰੇ। ਮੈਨੂੰ ਯਾਦ ਆ ਵਿੱਚ ਨਾ ਦੋ ਗੋਰੀਆਂ ਜਿਹੀਆਂ ਨੱਚਦੀਆਂ ਇੱਕ ਜਗ੍ਹਾ ਦੇ ਉੱਤੇ, ਐਂ 3-4 ਉਹ ਵਿਚਾਰੀਆਂ ਜਰਮਨ ਤੋਂ ਆਈਆਂ ਹੋਈਆਂ ਸੀ। ਭਾਨੇ ਨੇ ਜਾ ਕੇ ਉਹਨਾਂ ਨੂੰ ਕਿਹਾ, ਕਹਿੰਦਾ ਇਹ ਤਾਂ ਬਹੁਤ ਬੜੇ ਸਿੰਗਰ ਨੇ, ਕਹਿੰਦਾ ਲੈਜੈਂਡ ਨੇ, ਜੇ ਆ ਉਹ ਆ ਟੱਪ ਤੂਫਾਨ ਛੱਡੇ, ਹਨਾ। ਉਦੋਂ ਕਿਹੜਾ ਗੂਗਲਾਂ ਗੱਲਾਂ ਆਉਂਦੀਆਂ ਵੀ ਸਰਚ ਮਾਰ ਕੇ ਦੇਖ ਲਓ ਵੀ ਕੀ ਭਾਅ ਵਿਕਦਾ, ਹਨਾ। ਤੇ ਉਹਨਾਂ ਨੇ ਗੱਪ ਸ਼ੱਪ ਛੱਡੇ, ਉਹ ਆ ਗਈਆਂ ਜਦੀ, ਉਹ ਸਾਨੂੰ ਕਰੀਆਂ ਵੀ ਵਾਓ, ਹਨਾ, ਵੀ ਐਂ ਫੋਟੋਆਂ ਵੀ ਖਿੱਚ ਕੇ ਲੈ ਗਈਆਂ ਸਾਡੀਆਂ, ਹਨਾ। ਉਹਨਾਂ ਨੂੰ ਵਿੱਚ ਨਚਾ ਲਿਆ, ਮਾਡਲਾਂ ਫਰੀ ਦੀਆਂ, ਸਭ ਕੁਝ ਫਰੀ ਦਾ, ਬਾਕੀ ਆਪਣੇ ਯਾਰ ਬੇਲੀ ਸੀ, ਅਸੀਂ ਸ਼ੂਟ ਸ਼ਾਟ ਕਰਕੇ ਲਿਆਏ। ਤੇ ਬਾਬੇ ਦੀ ਕਿਰਪਾ ਨਾਲ ਜਦੋਂ ਗੀਤ ਆਇਆ ਯੰਗਸਟਰ, ਹੈਂ, ਜਦੋਂ ਕਿਸੇ ਗੱਭਰੂ ਦਾ ਦਿਲ ਆ ਗਿਆ, ਆਪੇ ਪਤਾ ਲੱਗ ਜੂ ਕੀ ਹੁੰਦਾ ਪਿਆਰ ਨਹੀਂ, ਹੈਨਾ। ਸੋ ਉਹ ਗਾਣਾ ਇੰਨਾ ਚੱਲਿਆ, ਸੋ ਹੁਣ ਉਵੇਂ ਮੇਕਿੰਗ ਦੇ ਉੱਤੇ ਵੀਡੀਓ ਬਣਾਈ ਸੀ ਜੱਟਾਂ ਦੇ ਮੁੰਡੇ ਵੱਲ 10ਵੀਂ ਕੀਤੀ ਆ, ਹੈਨਾ। ਇਹਨੇ ਪਾਤੇ ਪਟਾਕੇ ਹੈ ਪਿੰਦਾ ਸਾਹਿਬ, ਮੁਬਾਰਕਾਂ ਮਹਾਰਾਜ ਤੁਹਾਨੂੰ, ਬਹੁਤ ਬਹੁਤ ਗੁੱਡ ਹੋ ਗਿਆ ਹੈ। ਸੋ ਗਿੱਪੀ ਗਰੇਵਾਲ ਨੇ ਦੱਸਿਆ ਕਿ ਯੁੱਧਵੀਰ ਮਾਨਕ ਦੇ ਨਾਲ ਗਾਇਆ ਗਾਣਾ ਗੱਭਰੂ ਕਿਵੇਂ ਬਣਾਇਆ ਗਿਆ ਸੀ, ਤੇ ਉਸਦਾ ਮਿਊਜ਼ਿਕ ਵੀ ਉਸ ਟਾਈਮ ਪਿੰਦੇ ਔਜਲੇ ਨੇ ਕੀਤਾ ਸੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।